ਰਹਿਮਾਨ ਰਹਿਮ ਮੈਂ ਮੰਮਾ ਦਾ ਮੇਰੇ ਜਿਸ ਤਰ੍ਹਾਂ ਕਿ ਹਫ਼ਤਾ ਚਾਰ ਪੰਜ ਸਾਲ ਤੋਂ ਹੋਸਪਿਟਲ ਲੰਗਰ ਜਾਂਦਾ ਹਫ਼ਤਾ ਦੁਆਰ ਤੀਰ ਤਿੰਨ ਦਿਨ ਲਓ ਜੀ ਮਾਸ਼ਾਅੱਲਾ ਅਦਰਕ ਵੀ ਆ ਗਿਆ ਲਸਣ ਪਿਆਜ਼ ਹਰੀ ਮਿਰਚ ਮਾਸ਼ਾਅੱਲਾ ਜੀ ਅੱਜ ਗੱਡੀ ਠੀਕ ਹੋ ਗਈ ਹੈ ਅੱਜ ਮਾਸ਼ਾਅੱਲਾ ਆਪਣੀ ਗੱਡੀ 'ਤੇ ਲੰਗਰ ਲੈ ਕੇ ਚੱਲਾਂਗੇ ਜੀ ਮਾਸ਼ਾਅੱਲਾ ਜੀ ਹੋਸਪਿਟਲ ਦਾ ਲੰਗਰ ਜਾ ਰਿਹਾ ਅੱਜ 17 ਤਰੀਕ ਹੈ ਹਫ਼ਤੇ ਦਾ ਦਿਨ ਹੈ 2024 ਰਹਿਮਾਨ ਰਹਿਮ ਮੈਂ ਮੰਮਾ ਦਾ ਮੇਰੇ ਜਿਸ ਤਰ੍ਹਾਂ ਕਿ ਹਫ਼ਤਾ ਚਾਰ ਪੰਜ ਸਾਲ ਤੋਂ ਹੋਸਪਿਟਲ ਲੰਗਰ ਜਾਂਦਾ ਹਫ਼ਤਾ ਦੁਆਰ ਤੀਰ ਤਿੰਨ ਦਿਨ ਜਿਹਦੇ 'ਚ ਚੰਦ ਮੇਰੇ ਭੈਣ ਭਰਾ ਮੇਰੇ ਨਾਲ ਨੇ ਜਿਨ੍ਹਾਂ ਦੀ ਪਸੰਦ 'ਚ ਲੰਗਰ ਪੱਕਦਾ ਮੰਡੀ ਚੱਲੇ ਹਾਂ ਜੀ ਹਫ਼ਤੇ ਦੇ ਲੰਗਰ ਦੀ ਤਿਆਰੀ ਵਾਸਤੇ ਸਮਾਨ ਲਿਆਈ ਹੈ ਅਦਰਕ ਲਸਣ ਪਿਆਜ਼ ਵਗੈਰਾ ਅੱਲਾਹ ਤੁਹਾਡੀ ਖੈਰ ਕਰੂ ਆਮੀਨ ਹਰੀ ਮਿਰਚ ਕਿਸ ਤਰ੍ਹਾਂ ਜੀ ਚਲੋ ਅਦਰਕ ਕਰਦੇ ਪਿਆਜ਼ ਕਰਦੇ ਲਸਣ ਕਰਦੇ ਹੋ ਕਿਲੋ ਕਿਲੋ ਸੌਂ ਲੱਗਾ ਜੀ ਪੰਜ ਕਿਸ ਤਰ੍ਹਾਂ ਜੀ ਟਮਾਟਰ ਇੱਕ ਧੜੀ ਦੇਣਾ ਪੰਜ ਗਲਿਆ ਨਾ ਪਾਉਣਾ ਬੇਸ਼ੱਕ 2000 ਘੱਟ ਪਾ ਦੇਣਾ ਕੋਈ ਗੱਲ ਨਹੀਂ ਲਓ ਜੀ ਮਾਸ਼ਾਅੱਲਾ ਅਦਰਕ ਵੀ ਆ ਗਿਆ ਲਸਣ ਪਿਆਜ਼ ਹਰੀ ਮਿਰਚ ਨਿੰਬੂ ਵੇਖਦੇ ਹਾਂ ਨਿੰਬੂ ਬਹੁਤ ਮਹਿੰਗਾ ਹੈ ਖੁਸ਼ ਰਹੋ ਜੀ ਖੁਸ਼ ਰਹੋ ਲਓ ਜੀ ਮਾਸ਼ਾਅੱਲਾ ਜੀ ਅੱਜ ਹਫ਼ਤੇ ਦਾ ਦਿਨ ਹਫ਼ਤੇ ਦੇ ਲੰਗਰ ਦੀ ਤਿਆਰੀ ਹੈ 17 ਤਰੀਕ ਹੈ ਮੇਰਾ ਖਿਆਲ 8ਵਾਂ 9ਵਾਂ ਮਹੀਨਾ ਹੈ 2024 ਮਾਸ਼ਾਅੱਲਾ ਜੀ ਇਹ ਹੋਸਪਿਟਲ ਦਾ ਕੰਮ ਹੈ ਅੱਲਾਹ ਦੇ ਰਾਹ ਦਾ ਕੰਮ ਹੈ ਮਾਸ਼ਾਅੱਲਾ ਇਹਦੇ ਵਿੱਚ ਸ਼ਾਮਿਲ ਹੋ ਜਾਏ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਸ਼ਾਮਿਲ ਹੋ ਜਾਏ
ਕਿ ਮੈਨੂੰ ਦਮ ਲੱਗੇਗਾ ਜੀ ਮਾਸ਼ਾਅੱਲਾ ਜੀ ਅੱਜ ਗੱਡੀ ਠੀਕ ਹੋ ਗਈ ਹੈ ਅੱਜ ਮਾਸ਼ਾਅੱਲਾ ਆਪਣੀ ਗੱਡੀ 'ਤੇ ਲੰਗਰ ਲੈ ਕੇ ਚੱਲਾਂਗੇ ਜੀ ਪੈਕਿੰਗ ਹੋ ਰਹੀ ਹੈ ਜੀ ਅੱਲਾ ਖੈਰ ਜੀ ਮਾਸ਼ਾਅੱਲਾ ਜੀ ਹੋਸਪਿਟਲ ਦਾ ਲੰਗਰ ਜਾ ਰਿਹਾ ਅੱਜ 17 ਤਰੀਕ ਹੈ ਹਫ਼ਤੇ ਦਾ ਦਿਨ ਹੈ 2024 ਮੇਰੇ ਹਾਲ ਅੱਠਵਾਂ ਨੌਵਾਂ ਮਹੀਨਾ ਅੱਲਾ ਖੈਰ ਜੀ ਅੱਲਾ ਕਬੂਲ ਕਰੇ ਆਮੀਨ ਆ ਗਏ ਲੰਗਰ ਲਵੋ ਲੰਗਰ ਆ ਜਾਓ ਲੰਗਰ ਲਵੋ ਅਮੀਰ ਰੱਖਿਆ ਲਾਇਆ ਵੀ ਲੰਗਰ ਲਵੋ